ਸਤੰਬਰ ਤੋਂ ਪੰਜਾਬ ਦੇ ਵਿੱਚ ਪੈਟਰੋਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਕਰਨ ਦੀ ਗੱਲ ਤੇ ਅੰਮ੍ਰਿਤਸਰ ਦੇ ਲੋਕਾਂ ਦੇ ਵੱਲੋਂ ਆਪਣੀ ਪ੍ਰਤੀਕਿਰਿਆ ਦੱਸਦੇ ਹੋਏ ਸਰਕਾਰ ਦੇ ਉੱਪਰ ਤਿੱਖੇ ਨਿਸ਼ਾਨੇ ਸਾਧੇ ਗਏ ਨੇ, ਜਿਸ ਸੰਬੰਧੀ ਉਹਨਾਂ ਦੇ ਇਸ ਤਰ੍ਹਾਂ ਲੋਕਾਂ ਦੀਆਂ ਜੇਬਾਂ ਦੇ ਉੱਪਰ ਡਾਕਾ ਮਾਰਨ ਦੀ ਗੱਲ ਆਖੀ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ਼ਹਿਰ ਵਾਸੀਆਂ ਨੇ ਦੱਸਿਆ ਕਿ ਉਹ ਪਹਿਲਾਂ ਹੀ ਮਹਿੰਗਾਈ ਦੀ ਮਾਰ ਚੱਲ ਰਹੇ ਨੇ, ਉੱਪਰੋਂ ਪੰਜਾਬ ਸਰਕਾਰ ਨੇ ਪੈਟਰੋਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਕਰਕੇ ਮੁੜ ਤੋਂ ਮੱਧ ਵਰਗੀ ਪਰਿਵਾਰਾਂ ਦੇ ਵਾਧੂ ਬੋਝ ਪਾਉਣ ਦਾ ਕੰਮ ਕੀਤਾ। ਸਾਰਾ ਤੇਲ ਤੇ ਚਲੋ ਜਿਹੜਾ ਵਧਾਇਆ ਜਾ ਰਿਹਾ ਵਾ ਬਹੁਤ ਮਾੜੀ ਗੱਲ ਹੈ। 1 ਰੁਪਿਆ ਵੀ ਬਹੁਤ ਮਾਇਨੇ ਰੱਖਦਾ ਵਾ, ਸਾਲਾਂ ਦੇ ਸਾਲ ਬੜੀ ਆਬਾਦੀ ਆ ਜਿਹਦੇ ਨਾਲ ਕਈ ਹਿੱਸੇ ਪ੍ਰੋਫਿਟ ਹੋਏਗਾ ਪੰਜਾਬ ਸਰਕਾਰ ਨੂੰ। ਪਰ ਸਮੱਸਿਆ ਇਹ ਹੈ ਕਿ ਜਦੋਂ ਇਹਨਾਂ ਨੂੰ ਭਾਰੀ ਬਹੁਮਤ ਨਾਲ ਜਿਤਾਇਆ, ਇਹਨਾਂ ਦੇ ਵਾਅਦੇ ਕੋਈ ਪੂਰੇ ਨਹੀਂ ਹੋਏ। ਇਹਨਾਂ ਨੇ ਕਿਹਾ ਸੀ ਚਿੱਟੇ 'ਤੇ ਰੋਕ ਲਾਵਾਂਗੇ, ਚਿੱਟਾ ਉਨਾ ਜ਼ਿਆਦਾ ਹੋ ਗਿਆ। ਠੀਕ ਹੈ ਜੀ, ਇਹਨਾਂ ਦੇ ਜਿਹੜੇ MLA ਹੁੰਦੇ ਉਹਨਾਂ ਕੋਲ ਪਾਵਰ ਹੀ ਨਹੀਂ ਹੈਗੀ, ਉਹਨਾਂ ਕੋਲ ਪੁਲਿਸ ਕੋਈ ਡਰਦੀ ਨਹੀਂ ਹੈ। ਪੁਲਿਸ ਨੂੰ ਇਹਨਾਂ ਨੇ ਖੋਲੀ ਪੂਰੀ ਖੁੱਲ੍ਹ ਦਿੱਤੀ ਹੋਈ ਹੈ, ਪੁਲਿਸ ਪੂਰੀ ਆਪਣੀ ਮਨਮਾਨੀ ਕਰ ਰਹੀ ਹੈ। ਸੋ ਸਾਡਾ ਕਹਿਣ ਦਾ ਮਤਲਬ ਇਹ ਹੈ ਕਿ ਜੋ ਮੰਗਾਂ ਇਹਨਾਂ ਕੋਲ ਰੱਖੀਆਂ ਗਈਆਂ ਸੀ, ਜੋ ਇਹਨਾਂ ਨੇ ਵਾਅਦੇ ਕੀਤੇ ਕੋਈ ਪੂਰੇ ਨਹੀਂ ਕੀਤੇ। ਭਗਵੰਤ ਮਾਨ ਜੀ ਨੂੰ ਇਹ ਕਿਹਾ ਜਾਏਗਾ ਕਿ ਤੇਲ ਦਾ ਖੇੜਾ ਛੱਡੋ, ਚਿੱਟੇ ਦਾ ਕੰਮ ਖਤਮ ਕਰੋ। ਜੋ ਸਾਡੀ ਪੰਜਾਬ ਦੀ ਜਵਾਨੀ ਰੁਲਦੀ ਪਈ ਹੈ, ਅਸੀਂ ਪਹਿਲਾਂ ਜਾਂਦੇ ਹੁੰਦੇ ਹਾਂ ਜੀ ਜੰਮੂ ਦੇ ਪਹਿਲਵਾਨ ਜਿਹੜੇ ਹੁੰਦੇ ਸੀ ਪੰਜਾਬ ਦਾ ਨਾਂ ਸੁਣ ਕੇ ਵੇਟ ਛੱਡ ਦਿੰਦੇ ਹੁੰਦੇ। ਅੱਜ ਜੰਮੂ ਜਿਹੜਾ ਹੈਗਾ ਵਾ ਪੰਜਾਬ ਤੋਂ ਗਾਂਹ ਜਾ ਰਿਹਾ ਵਾ, ਹਰਿਆਣਾ ਪੰਜਾਬ ਤੋਂ ਨਾਂ ਸੁਣ ਕੇ ਵੇਟ ਛੱਡ ਦਿੰਦੇ ਸੀ ਭਲਵਾਨ ਵੀ ਪੰਜਾਬ ਦੇ। ਅੱਜ ਪੰਜਾਬ ਜਿਹੜਾ ਹੈਗਾ ਵਾ ਹਰਿਆਣੇ ਤੋਂ ਪਿੱਛੇ ਜਾ ਰਿਹਾ। ਇਹ ਚਿੱਟੇ ਦੀ ਸਮੱਸਿਆ ਹੱਲ ਕਰਨ ਤਾਂ ਕਿ ਪੰਜਾਬ ਦਾ ਵਾਧਾ ਅਤੇ ਵਿਕਾਸ ਹੋਵੇ। ਹੈ ਠੱਗ ਵਾ ਬੜੀ, ਹੋਰ ਕਿਆ ਕਰਨਾ ਇਹਨਾਂ ਨੇ, ਠੱਗੀ ਮਾਰਨ ਡੇ ਆ ਪੂਰੀ ਨੇ ਪੰਜਾਬ ਨੂੰ, ਹੋਰ ਕੀ ਕਰਨਾ। 1-1.5 ਰੁਪਿਆ ਵਧਣ ਜਾ ਰਿਹਾ ਹੈਗਾ, ਕਿੰਨਾ ਕੁ ਤੁਸੀਂ ਬਥੇਰਾ ਬੋਝ ਪਏਗਾ ਪਬਲਿਕ ਉੱਪਰ, ਪਬਲਿਕ 'ਤੇ ਬੋਝ ਪਏਗਾ ਜੀ, ਕਿੰਨਾ ਕੁ ਬੋਝ ਪਏਗਾ। ਇਸ ਨੂੰ ਤੁਸੀਂ ਫੈਸਲੇ ਨੂੰ ਕਿਵੇਂ ਦੇਖਦੇ ਜੀ? ਗਲਤ ਫੈਸਲਾ, ਹੋਰ ਕੀ ਹੈ। ਇਹ ਤਾਂ ਮੋਦੀ ਸਰਕਾਰ ਨੂੰ ਕਹਿੰਦੇ ਉਹ ਗਲਤ ਹੈ, ਇਹ ਆਪ ਗਲਤ ਹੈ। ਉਹ ਕਹਿੰਦੇ ਰੇਟ ਨਹੀਂ ਵਧਾਉਂਦੇ, ਘਟਾਉਂਦੇ ਨਹੀਂ, ਇਹ ਵਧਾਉਂਦੇ ਉਹ ਕਿੱਦਾਂ ਘਟਾਵੇ। ਇਹ ਸਰ ਪੰਜਾਬ 'ਚ ਵਧਣ ਜਾ ਰਿਹਾ, ਪੰਜਾਬ ਹੀ ਵਧਿਆ, ਹੋਰ ਕਿੱਥੇ ਵਧਣਾ। ਵੈਟ ਵਧਾਇਆ ਉਹਨਾਂ ਨੇ, ਆਪਣਾ ਵੈਟ ਹੀ ਵਧਾਇਆ।